ਸੁੱਕੀਆਂ ਬ੍ਰੇਕਾਂ ਤੇ ਜੀ ਬਿਨਾਂ ਡਰਮਾਂ ਤੋਂ ਜਿਵੇਂ ਹੁਣ ਇਹਦੇ ਡਰਮ ਪਾਉਣੇ ਪੈਗੇ ਜੀ ਆਪਾਂ ਠੀਕ ਹੈ ਭਾਈ ਜਾਂ ਨਵੇਂ ਪਾਏ ਡਰਮ ਨਵੇਂ ਪਾਉਂਗਾ ਜੀ ਇਹਦੇ ਖਤਮ ਨੇ ਠੀਕ ਹੈ ਤੇ ਮੰਨ ਕੇ ਤੁਹਾਡਾ ਤੁਸੀਂ 16,000 ਰੁਪਏ ਖਰਚਾ ਹੋਊਗਾ ਜੀ 16,000 ਬਹੁਤ ਮਤਲਬ ਡਿਸਕ ਆਇਲ ਜਿਹੜੇ ਬ੍ਰੇਕਾਂ ਆਪਣੇ ਕਰਦੇ ਆ ਉਹਦੇ ਨਾਲ ਤਾਂ ਮਤਲਬ ਅੱਧ ਤੋਂ ਵੀ ਘੱਟ ਆ ਕੁਝ ਵੀ ਖਰਚਾ ਨਹੀਂ ਇਹਦਾ ਤਾਂ ਜੀ ਇਹ ਪਹਿਲੇ ਗੇਅਰ ਦੇ ਵਿੱਚ ਝੋਟਾ ਗੇਅਰ ਕਹਿ ਦਿੰਦੇ ਜੀ ਪਹਿਲੇ ਗੇਅਰ ਦੇ ਵਿੱਚ ਆ ਮਿੱਤਰੋ ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਕਿਸੇ ਨੇ ਕਰਵਾਉਣਾ ਵੀ ਹੋਇਆ हाँ जी भी दोस्तों मैं बलजिंदर मान स्वागत करदा तुहाडा अज दी एक होर नवी वीडियो दे विच आपां हैगे इस टाइम तनौले दे विच ते अज तुहानू दिखाउणे आ फिर मिस्त्रियां नाल मिलाउणे आ इहो जिहा ना जिहड़े सारे ट्रैक्टरां दे मास्टर आ सो मकैनिक आ न्यू सोल ट्रैक्टर वर्कशॉप ते आपां हैगे इस टाइम ते लोकेशन वगैरह बाईआं नाल आपां गल्लबात करदे आ ते जिहड़े तीन स्पीडां आपां करदे आ जिवें ट्रैक्टर दे आपां झोटा गेयर ला दिंदे आ थ्री स्पीड जिवें अज दे टाइम आपां सुपर सीड रस्ते वरतदे आ ना ਤਾਂ ਉਹ ਵੀ ਲਾਇਆ ਹੋਇਆ ਉਹ ਸੋਨਾ ਲੀਕਾ ਤੇ ਲਾਇਆ ਇਹ ਵੀ ਦਿਖਾਉਣੇ ਆ ਤੁਹਾਨੂੰ ਸੋ ਟਰੈਕਟਰ ਕਾਫੀ ਖੜੇ ਆ ਮਿਲਵਾਉਣੇ ਪਹਿਲਾਂ ਮਿਸਤਰੀ ਪੈਰਾਂ ਨਾਲ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਾਈ ਬਹੁਤ ਵਧੀਆ ਕਿਰਪਾ ਜੀ ਹਾਂ ਇਹ ਬਾਈ ਆਪਣਾ ਸੁੱਖੀ ਨਾਂ ਸੁੱਖੀ ਆ ਬਾਈ ਹਾਂ ਸੁਖਦੇਵ ਸਿੰਘ ਸੁੱਖੀ ਸੁਖਦੇਵ ਸਿੰਘ ਸੁੱਖੀ ਬਾਈ ਤਨੌਲੇ ਤੋਂ ਕੇ ਨਹੀਂ ਪਿੰਡ ਕਾਲੇ ਕੇ ਤਨੌਲੇ ਵਰਕਸ਼ਾਪ ਤਨੌਲੇ ਵਰਕਸ਼ਾਪ ਬਾਈ ਹਰਮੰਦਰ ਹਾਂ ਜੀ ਮੰਦਰ ਉਹ ਠੀਕ ਹੋ ਬਾਈ ਵਧੀਆ ਜੀ ਠੀਕ ਹੈ ਸੋ ਇਹ ਬਾਈ ਆਪਣੇ ਨਾਲ ਸੁੱਖੀ ਹੋਣਗੇ ਵੀਡੀਓ 'ਚ ਤੇ ਆਪਾਂ ਆਹ ਟਰੈਕਟਰ ਕਾਫੀ 9-11 ਦੇ ਮੈਨੂੰ ਤਾਂ ਐਂ ਲੱਗਿਆ ਵੀ 9-11 ਦੇ ਮਾਸਟਰ ਪੂਰੇ ਹੁੰਦੇ ਆ ਜਿਵੇਂ ਸਾਰੇ ਵੇਖੀਏ 9-11 ਖੜੇ ਆ ਤੇ ਬਾਈ ਨੂੰ ਪੁੱਛਿਆ ਆ ਕੇ ਆਫ ਕੈਮਰਾ ਗੱਲ ਕਰਦੇ ਬਾਈ ਕੋਈ ਟਰੈਕਟਰ ਹੋਵੇ ਜਿਹੜਾ ਮਰਜ਼ੀ ਹੋਵੇ ਆਪਾਂ ਆਲ ਰਾਊਂਡਰ ਹੀ ਆ ਸਾਰੇ ਟਰੈਕਟਰਾਂ ਦੇ ਮਾਸਟਰ ਹੀ ਆਪਾਂ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸੋਨਾ ਲੀਕਾ ਦੀ ਬਾਈ ਆਇਓਗੇ ਮਾੜਾ ਦੱਸੋਗੇ ਅੱਜ ਦੇ ਟਾਈਮ ਜਿਵੇਂ ਹੁਣ ਸੁਪਰ ਸੀਟਰ ਦਾ ਸੀਜ਼ਨ ਆਉਣ ਵਾਲਾ ਹਨਾ ਸੋ ਕਈ ਵੀਰਾਂ ਨੇ ਆਪਣੇ ਨੇ ਜਿਵੇਂ 3 ਸਪੀਡ ਕਰਾਉਣਾ ਹੁੰਦਾ ਟਰੈਕਟਰ ਤੇ ਉਹਦੇ ਬਾਰੇ ਮਾੜਾ ਜਾਣਕਾਰੀ ਦਿਓ ਤੇ ਆਪਾਂ ਇਹ ਚਲਾ ਕੇ ਵੀ ਦਿਖਾਉਣੇ ਆ ਤੇ ਇਹਨੂੰ ਹੁਣ ਕਿੱਥੇ ਲਾਇਆ ਬਾਈ ਜਿਹੜਾ ਤੀਜਾ ਗੇਅਰ ਲੱਗਦਾ ਇਹ ਮਤਲਬ ਆਪਾਂ ਕਹਿ ਦਿੰਦੇ ਆ ਜਿਵੇਂ ਮੀਡੀਅਮ ਗੇਅਰ ਮੀਡੀਅਮ ਝੋਟਾ ਗੇਅਰ ਕਹਿ ਦਿੰਦੇ ਆ ਹਾਂ ਬਾਈ ਉਹ ਹੋ ਗਿਆ ਮਤਲਬ ਸੁਪਰ ਸੀਟਰ ਵਾਸਤੇ ਸੁਪਰ ਸੀਟਰ ਵਾਸਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਬਾਕੀ ਆਪਾਂ ਚਲਾ ਕੇ ਦਿਖਾਉਣੇ ਇਹਨੂੰ ਠੀਕ ਹੈ ਅੱਛਾ ਇਹਨੂੰ ਹੁਣ ਆਪਾਂ ਚਲਾ ਕੇ ਵੀ ਦਿਖਾਉਣੇ ਆ ਫਿਰ ਆਪਾਂ ਦੱਸਦੇ ਆ ਕਿਹੜਾ ਮਟੀਰੀਅਲ ਯੂਜ਼ ਕੀਤਾ ਹੈਗਾ ਚਲਾਓ ਬਾਈ ਇਹਦੀ ਆਪਾਂ ਮਿਨਿਮਮ ਸਪੀਡ ਕਿੰਨੀ ਹੋ ਸਕਦੀ ਆ ਮਤਲਬ 0.5 ਹਾਂ ਆਪਾਂ ਪਹਿਲੇ ਤੇ ਚਲਾਵਾਂਗੇ ਪਹਿਲੇ ਆ ਚੈੱਕ ਕਰੋ ਮਤਲਬ ਤੋਰਾ ਟਰੈਕਟਰ ਦਾ ਜਿਹੜਾ ਆਪਾਂ ਕਹਿ ਲਈਏ ਇੱਕ ਲੋ ਸਪੀਡ ਬਣ ਜਾਂਦਾ ਟਰੈਕਟਰ ਸੁਪਰ ਸੀਡਰ ਰਸਤੇ ਇਹ ਪਹਿਲੇ ਗੇਅਰ ਦੇ ਵਿੱਚ ਝੋਟਾ ਗੇਅਰ ਕਹਿ ਦਿੰਦੇ ਜਿਹਨੂੰ ਪਹਿਲੇ ਗੇਅਰ ਦੇ ਵਿੱਚ ਆ ਮਿੱਤਰੋ ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਕਿਸੇ ਨੇ ਕਰਵਾਉਣਾ ਵੀ ਹੋਇਆ ਦੂਜਾ ਲਾਇਓ ਦੂਜਾ ਹੁਣ ਦੂਜੇ ਲੋ ਚ ਚਲਾਇਓ ਨਾਰਮਲ ਚ ਜਿਵੇਂ ਆਮ ਆਉਂਦਾ ਗੇਅਰ ਆ ਪਹਿਲਾਂ ਹੀ ਲਾ ਲਓ ਪਹਿਲਾਂ ਹੀ ਲਾ ਦਿਓ ਪਹਿਲਾ ਗੇਅਰ ਆ ਬਾਈ ਪਹਿਲਾ ਹਾਈ ਪਹਿਲਾ ਲੋ ਦੇ ਵਿੱਚ ਆ ਤੋਰਾ ਤੇ ਹੁਣ ਦੂਸਰਾ ਗੇਅਰ ਲਾ ਦਿਓ ਜਿਹੜਾ ਲਾਇਆ ਤੁਸੀਂ ਤੇ ਆ ਚੈੱਕ ਕਰਿਓ ਇਹ ਪਹਿਲਾ ਮੀਡੀਅਮ ਝੋਟਾ ਗੇਅਰ ਜਿਹੜਾ ਸੁਪਰ ਸੀਡਰ ਵਾਸਤੇ ਆਪਾਂ ਲਵਾਉਣੇ ਆ ਤੇ ਇੰਨਾ ਕੁ ਜਣੀ ਤੋਰੇ ਦਾ ਫਰਕ ਪੈ ਜਾਂਦਾ ਮਿੱਤਰੋ ਠੀਕ ਆ ਬਾਈ ਬੰਦ ਕਰ ਲਓ ਇੱਕ ਮਿੰਟ ਬਈ ਆਮ ਜਿਹੜਾ ਇਹਦੇ ਵਿੱਚ ਹੁਣ ਆਪਾਂ ਮਟੀਰੀਅਲ ਲਵਾਉਣੇ ਆ ਹਨਾ ਤੇ ਕੋਈ ਵਧੀਆ ਲਾਉਣੇ ਆ ਕੰਪਨੀ ਦਾ ਸੀ ਐਨ ਐਚ ਦਾ ਸਮਾਨ ਪਾਵਾਂਗੇ ਜੀ ਠੀਕ ਹੈ ਹਾਂ ਇੱਕ ਨੰਬਰ ਨਾਲ ਸੀ ਐਨ ਐਚ ਦਾ ਠੀਕ ਹੈ ਹਾਂ ਸੀ ਐਨ ਐਚ ਦਾ ਕੁਆਲਿਟੀ ਜਿਵੇਂ ਨਿਊ ਹੋਲਡ ਸਮਾਨ ਆਉਂਦਾ ਉਹ ਸਮਾਨ ਪਾਵਾਂਗੇ ਠੀਕ ਹੈ ਤੇ ਉਹ ਐਸਟੀਮੇਟ ਕਿੰਨੇ ਕੁ ਖਰਚਾ ਆ ਜਾਂਦਾ ਐਸਟੀਮੇਟ ਜੀ ਅਸੀਂ ਮੰਨ ਕੇ ਚੱਲੋ ਵੀ ਐਸਟੀਮੇਟ ਜੇ ਜ਼ਿਮੀਂਦਾਰ ਕਸਟਮਰ ਸਮਾਨ ਲਿਆਵੇ ਤਾਂ ਮੇਰੇ ਹਿਸਾਬ ਨਾਲ ਜੀ 25,000 ਦਾ ਸਮਾਨ ਆ ਘੇਟਾ ਜੀ ਘੇਟ ਵੀ ਮੈਨੂੰ ਵੀ ਓਰੀਜਨਲ ਪੈਂਦੀ ਆ ਓਰੀਜਨਲ ਨਿਊ ਹੋਲੈਂਡ ਦੀ ਕਸਟਮਰ ਨਿਊ ਹੋਲੈਂਡ ਦੀ ਜਿਵੇਂ ਨਿਊ ਹੋਲੈਂਡ ਚ ਜਿਹੜਾ ਸਮਾਨ ਆਉਂਦਾ ਜਿਹੜਾ ਸੀਐਨਐਚ ਦੀ ਆਉਂਦਾ ਠੀਕ ਹੈ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬਈ ਕਿੰਨਾ ਕੁ ਮਤਲਬ ਵੇਟਿੰਗ ਆ ਟਾਈਮ ਤਾਂ ਮਤਲਬ ਮਿਸਤਰੀ ਸਾਰੇ ਆ ਮਤਲਬ ਜਾਂ ਮਤਲਬ ਜਿਵੇਂ ਆਪਾਂ ਫਿਟਿੰਗ ਕਰਦੇ ਆ ਤਾਂ ਲੱਗ ਜਾਂਦੇ ਆ 2 ਦਿਹਾੜੀਆਂ ਤਾਂ ਜੀ 2 ਦਿਹਾੜੀਆਂ ਦੇ ਵਿੱਚ ਤੁਸੀਂ ਤਿਆਰ ਕਰਕੇ ਦੇ ਦੋਗੇ ਗਰੰਟੀ ਆ ਕੋਈ ਐਂ ਤਾਂ ਨਹੀਂ ਕੋਈ ਚੱਕਰ ਬਿਲਕੁਲ ਗਰੰਟੀ ਜੀ ਨਾਲੇ ਸਮਾਨ ਦੀ ਤੇ ਨਾਲੇ ਤੋਰੇ ਦੀ ਨਾਲੇ
अंबरसर तो आए इथे इन्नी दूर फिर किवें आए बई किवें ਜਿਵੇਂ ਆਪਾਂ ਕਹਿੰਦੇ ਰਿਸ਼ਤੇਦਾਰ ਪਣਾਉਂਦੇ ਅਲੱਗ ਕਹਾਂ ਦੀ ਕਹਾਂ ਪੁੱਛਣਦਾ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਬਣਾਉਂਦਾ ਜਿਹਨੇ ਕਿ ਆਪਾਂ ਵੀਡੀਓ ਨਹੀਂ ਪਾਈ ਕਰੇ ਠੀਕ ਆ ਵੀਡੀਓ ਤਾਂ ਨਹੀਂ ਆਏ ਕਦੀ ਵੀਡੀਓ ਨਹੀਂ ਪਾਈ ਇਹ ਆਪਣੇ ਜਿਵੇਂ ਹੁਣ ਤੁਸੀਂ ਮੇਥੋਂ ਕੰਮ ਕਰਵਾ ਰਹੇ ਹੋ ਹਾਂ ਬਈ ਤੁਹਾਨੂੰ ਕੋਈ ਪੁੱਛੇ ਆਪਣਾ ਰਿਸ਼ਤੇਦਾਰ ਤਾਂ ਤੁਸੀਂ ਵਧੀਆ ਕੰਮ ਅਗਲੇ ਨੂੰ ਪਤਾ ਹੀ ਹੁੰਦਾ ਵੀ ਆਹ ਮਿਸਤਰੀ ਆ ਭਾਈ ਇੱਥੇ ਦਾ ਕੰਮ ਵਧੀਆ ਕਰਦਾ ਹਾਂ ਵੀਡੀਓ ਜਾਨੀ ਕਿ ਬਹੁਤ ਘੱਟ ਪਾਈ ਨਹੀਂ ਵੀਡੀਓ ਜੀ ਠੀਕ ਆ ਇੱਕ ਨਾਟਕ ਨਾ ਮੈਂ ਤਿਆਰ ਕੀਤਾ ਸੀ ਪਿੱਛੇ ਬਾਲੀਆਂ ਦਾ ਠੀਕ ਆ ਕੱਟੂ ਬਾਲੀਆਂ ਆਪਣੇ ਲਵੇ ਪਿੰਡਾ ਠੀਕ ਆ ਬਈ ਉਹਦੀ ਵੀਡੀਓ ਪਾਈ ਸੀ ਮੈਂ ਕਦੀ ਠੀਕ ਆ ਤੇ ਉਹਨੇ ਵੀ ਖੈਰ ਬਹੁਤ ਘੱਟ ਪਤਾ ਉਹ ਤੋਂ ਬਹੁਤ ਘੱਟ ਟ੍ਰਾਈ ਨਹੀਂ ਦੇਖਦੇ ਠੀਕ ਆ ਠੀਕ ਆ ਬਾਕੀ ਜਿਹੜਾ ਕੰਮ ਲੋਕਲ ਆ ਮੇਰੇ ਕੋਲੇ ਲੋਕਲ ਪਿੰਡਾਂ ਦਾ ਲਵੇ ਲਾਉਣੇ ਦਾ ਪਿੰਡ ਮੇਰੇ ਕੋਲ ਜ਼ਿਆਦਾ ਕੰਮ ਲੋਕਲ ਦਾ ਹਾਂ ਠੀਕ ਆ ਠੀਕ ਆ ਬਈ ਜਿਹੜਾ ਆਹ 75 HP ਕਰਨਾ ਜਿਵੇਂ ਆਹ ਟਰੈਕਟਰ ਤੇ ਮੋਟਾ ਮੋਟਾ ਵੀ ਖਰਚਾ ਵੀ ਆਪਾਂ ਐਂ ਨਹੀਂ ਕਹਿ ਸਕਦੇ ਵੀ ਪੱਕਾ ਹੀ ਇੰਨਾ ਆਉਂਦਾ ਵੀ ਵੱਧ ਵੀ ਜਾਂਦਾ ਘੱਟ ਵੀ ਜਾਂਦਾ ਹਨਾ ਖਰਚਾ ਵਧਾਉਂਦਾ ਜੀ ਜਿਵੇਂ ਕਲੱਚ ਆ ਜਿਹੜਾ ਹਾਂ ਹਾਂ ਬਈ ਇਹਦਾ ਕਲੱਚ ਵੀ ਲੱਕ ਦਾ ਲਾਉਂਗਾ ਜੀ ਸਾਰਾ ਅੱਛਾ ਲੱਕ ਦਾ ਕਲੱਚ ਹਾਂ ਕਿਉਂ ਇਹਦੀ ਪਾਵਰ ਵੱਧ ਗਈ ਜਿਹੜਾ ਸੀਏ ਦਾ ਕਲੱਚ ਉਹ ਕੰਮ ਨਹੀਂ ਕਰਦਾ ਅੱਛਾ ਠੀਕ ਹੈ ਲੇਟ ਤਾਂ ਪਹਿਲੀ ਮਾਰ ਦਿੰਦੇ ਨੇ ਸਾਈਕਲ ਜਿਹੜੇ ਨਾੜ ਕਰਾਣੇ ਬਿਲਕੁਲ ਤੇ ਇਹ ਤਾਂ ਹੁਣ 75 ਹਸਵਾ ਬਣ ਗਿਆ ਜਿਹੜਾ ਲੱਕ ਦਾ ਪਲੇਟ ਦੀ ਇਹ ਚ ਮਤਲਬ ਚਾਰ ਫਰੀ ਪਾਉਂ ਮੈਂ ਠੀਕ ਹੈ ਲੱਕ ਦੀ ਓਰੀਜਨਲ ਲੱਕ ਦੀ ਹਾਂ ਉਹ ਚੱਲੂਗੀ ਦੂਜੀ ਪਲੇਟ ਨਹੀਂ ਚੱਲਦੀ ਇਹ ਚ ਵੀ ਜੱਲੀ ਜਾਣੀਗਾ ਕੰਮ ਪੂਰਾ ਘੈਂਟ ਵਾਲ ਗੱਲ ਬਸ ਨਹੀਂ ਹੈਗਾ ਵੀ ਵੀ ਅੱਜ ਆਪਾਂ ਇੰਜਨ ਕਰਤਾ ਕੰਮ ਕਲੱਚ ਲਾਉਣਾ ਲੱਗਣਾ ਉਹਦਾ ਵੀ ਨਾਲ ਹੀ ਆਪਾਂ ਮਤਲਬ ਪੱਕਾ ਇਸ ਨੂੰ ਲਾ ਕੇ ਵਧੀਆ ਕੰਮ ਕਰਾਂਗੇ ਵੀ ਕਲੱਚ ਖੁੱਲੇ ਨਾ ਕਲੱਚ ਖੁੱਲੇ ਨਾ ਹਾਂਜੀ ਠੀਕ ਹੈ ਬਈ ਠੀਕ ਹੈ ਤੇ ਅਈ ਦਾ ਦੋਨਾਂ ਦਾ ਮਤਲਬ 75 HP ਕਰ ਦੇਣਾ ਹਾਂਜੀ ਹਾਂਜੀ ਇਹ ਵੀ 75 ਹੀ ਕਰਨਾ ਜੀ ਅੱਛਾ ਇਹ ਬਾਈ ਕਿੱਥੋਂ ਆ ਟਰੈਕਟਰ ਵਹੇ ਇਹ ਖੰਨੇ ਤੋਂ ਆ ਜੀ ਇਹ ਖੰਨੇ ਤੋਂ ਆ ਇੰਗਲੈਂਡ ਭਈ ਨਾ ਇੰਗਲੈਂਡ ਹੀ ਆ ਜਿਹੜਾ ਜਾਂਦਾ ਕਹਿੰਦੇ ਅੱਛਾ ਇੰਗਲੈਂਡ ਹੀ ਰਹਿੰਦੇ ਆ ਇੰਡੀਅਨ ਇੰਗਲੈਂਡ ਹੀ ਤੇ ਬਾਈ ਬਾਕੀ ਕਹਿੰਦੇ ਹੁੰਦੇ ਨਾ ਜਿਹੜੀ ਚ ਕਲਾ ਹੁੰਦੀ ਆ ਤੇ ਆਪੇ ਵੇਖ ਲਾ ਚੱਲ ਕੇ ਆਉਂਦਾ ਟਰੈਕਟਰ ਉਹ ਕਲਾ ਬਾਈ ਦੇ ਵਿੱਚ ਤੇ ਵੇਖੋ ਆ ਅੰਮ੍ਰਿਤਸਰ ਤੋਂ ਹਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਤੇ ਇਹ ਖੰਨੇ ਤੋਂ ਆ ਇੰਗਲੈਂਡ ਰਹਿੰਦਾ ਬੰਦਾ ਇੰਗਲੈਂਡ ਹੀ ਜਾਊਗਾ ਜੀ ਇਹ ਟਰੈਕਟਰ ਵੀ ਬਾਹਰ ਹੀ ਲੈਣਾ ਉਹਨਾਂ ਨੇ ਹਾਂਜੀ ਹਾਂਜੀ ਠੀਕ ਆ ਇਹ ਵੀ ਇਹਦਾ ਵੀ ਉਹਨਾਂ 75 HP ਕਰਨਾ ਵੀ 75 ਕਰਨਾ ਇਹਦਾ ਵੀ ਆਰਓ ਵੀ ਕੰਮ ਕਰਨਾ ਸਾਰਾ ਦੋਨੋਂ ਲੈ ਕੇ ਪਾਵਰ ਤੋਂ ਲੈ ਕੇ ਪਾਵਰ ਸਟੀਅਰਿੰਗ ਵੀ ਆਪਾਂ ਆਪ ਹੀ ਕਰਾਂਗੇ ਠੀਕ ਆ ਹਾਂ ਪਾਵਰ ਤੋਂ ਲੈ ਕੇ ਲੈਫਟ ਤੋਂ ਲੈ ਕੇ ਏ ਟੂ ਜ਼ੈਡ ਆਪਾਂ ਵੀ ਜਾਨੀ ਕਿ ਉਹਨਾਂ ਨੇ ਆਫਰ ਦਿੱਤੀ ਵੀ ਕੋਈ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਠੀਕ ਆ ਹਾਂ ਮਤਲਬ ਸਾਰਾ ਕੰਮ ਹੀ ਕਰਨਾ ਉਹਦਾ ਤੇ ਆ ਪਿਆ ਦਾ ਹਿੱਸਾ ਗੇਅਰ ਗੂਰੂ ਦਾ ਸਾਰਾ ਹੈ ਜਿਹੜੇ ਉਹ ਟਰੈਕਟਰ ਕਰਨੇ ਇਹ ਸਿੰਪਲ ਗੇਅਰ ਰੱਖਣਾ ਉਹ ਸਾਈਡ ਗੇਅਰ ਕਰਨੇ ਦੋਨੋਂ ਅੱਛਾ ਇਹ ਦੋਨੋਂ ਸਾਈਡ ਗੇਅਰ ਹੋ ਜਾਣੇ ਨੇ ਸਾਈਡ ਗੇਅਰ ਕਰਨੇ ਠੀਕ ਹੈ ਪਹਿਲਾਂ ਸਾਈਡ ਗੇਅਰ ਆਪਣੇ ਕਰੇ ਹੋਏ ਨੇ ਹੂੰ ਆਮ ਆਪਣੇ ਕਹਿ ਦਿੰਦੇ ਵੀ ਆਉਂਦਾ ਹੀ ਪਹਿਲਾਂ ਸ਼ੁਰੂ ਤੋਂ ਸਾਈਡ ਗੇਅਰ ਪਰ ਜਿਹੜਾ ਆਪਣੇ ਰੀਜ ਹੁੰਦੀ ਹੈ ਵੀ ਸਾਈਡਾਂ ਵਾਲੇ ਹਾਂ ਜਿਵੇਂ ਸੋਨਾ ਜਿੱਕਾ ਹੁੰਦਾ ਉਸ ਤਰ੍ਹਾਂ ਬਣਾਉਣਾ ਜੀ ਉਸ ਤਰ੍ਹਾਂ ਬਣਾਉਣਾ ਹੈ ਸਾਈਡ ਗੇਅਰ ਜਿਵੇਂ ਆਪਾਂ ਹਾਂ ਸਾਈਡ ਗੇਅਰ ਇਹ ਕਰਨਾ ਸਾਈਡ ਇਹ ਕਰਨਾ ਠੀਕ ਹੈ ਜਿਹੜਾ ਉਹ ਆਪਾਂ ਸਿੰਪਲ ਕਰਨਾ ਠੀਕ ਹੈ ਉਹ ਸਿੰਪਲੀ ਨਾਰਮਲੀ ਹੈ ਉਹਨੂੰ ਰੱਖਣਾ ਜਿਵੇਂ ਨਾੜ ਕਰਾ ਜੀ ਨਾਲ ਹੱਥ ਨਾਲ ਗੇਅਰ ਪੈਂਦਾ ਉਵੇਂ ਰੱਖਣਾ ਉਵੇਂ ਰੱਖਣਾ ਬਾਕੀ ਉਹਦੇ ਪਾਵਰ ਵਧਾ ਦੇਣੀ ਆ ਹਾਂ ਉਹਦੀ ਪਾਵਰ ਡੀ ਆਈ ਕਰ ਦੇਣਾ ਹਾਂਜੀ ਠੀਕ ਹੈ ਇਹ ਸਾਈਡ ਗੇਅਰ ਕਰਨੇ ਦੇ ਇਹ ਸਾਈਡ ਗੇਅਰ ਕਰਨੇ ਆ ਤੇ ਬਾਕੀ ਮਿੱਤਰੋ ਜੇ ਕੋਈ ਹਾਂ ਬਈ ਦੱਸੋ ਇਹ ਤੇ ਆਪਾਂ ਲਿਫਟ ਰੱਖ ਰਹੇ ਹਾਂ ਜੀ ਮਤਲਬ ਕਰ ਰਹੇ ਹਾਂ ਪਾਸ ਜਿਵੇਂ ਹੁਣ ਨਾੜਕੇ ਨੂੰ ਲਿਫਟ ਤੇ ਆਪਾਂ ਕਹਿੰਦੇ ਦਿੱਕਤ ਆਉਂਦੀ ਦਿੱਕਤ ਆਉਂਦੀ ਹੈ ਬਿਲਕੁਲ ਤੇ ਇਹਦੇ ਆਪਾਂ 100% ਦੀ ਨਿਊ ਹੋਲੈਂਡ ਦੀ ਲਿਫਟ ਫਿੱਟ ਕਰ ਦਿੰਦੇ ਹਾਂ ਨਿਊ ਹੋਲੈਂਡ ਦੀ ਕਰ ਦੇਣੀ ਹੈ ਫਿੱਟ ਹਾਂ ਕਰੀ ਜਾਂਦਾ ਮੈਂ ਮਤਲਬ ਠੀਕ ਹੈ ਜਿੱਦਾਂ ਮਤਲਬ ਜਿੱਦੇ ਬਣਗੇ ਉਹ ਮੂਵ ਦੇ ਦਿਖਾਵਾਂਗੇ ਠੀਕ ਨਹੀਂ ਕਿਹਦਾ ਆਪਾਂ ਲਿਫਟ ਦਾ ਸਿਸਟਮ ਹੀ ਚੱਕਦੇ ਹਾਂ ਠੀਕ ਹੈ ਠੀਕ ਹੈ ਹਾਂਜੀ ਠੀਕ ਆ ਜਾਓ ਵੀ ਤੇ ਬਈ ਮਲਾ ਦਾ ਸਪੇਅਰ ਪਾਰਟ ਵੀ ਨਾਲ ਹੀ ਹੈ ਸਾਰਾ ਹੈ ਸੋ ਆਜੋ ਬਈ ਇੱਥੇ ਨਾਲ ਗਏ ਦੂਰ ਲਿਆਉਣ ਦੀ ਵੀ ਜ਼ਰੂਰਤ ਨਹੀਂ ਗੀ ਕਿਤੇ ਸਮਾਨ ਜਾਂ ਲੈ ਕੇ ਆਉਣਾ ਤਾਂ ਵਿੱਚ ਹੀ ਸਪੇਅਰ ਪਾਰਟ ਦੀ ਵੀ ਹੈਗੀ ਹੈ ਸ਼ਾਪ ਤੇ ਸਪੇਅਰ ਪਾਰਟ ਆ ਇਹ ਬਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਈ ਕੀ ਹਾਲ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰਾ ਨਾਲ ਹੀ ਆ ਬਿਲਕੁਲ ਆਪਾਂ ਕਹਿ ਲਈਏ ਵਰਕਸ਼ਾਪ ਦੇ ਵਿੱਚ ਹੀ ਹੈਗੀ ਤੇ ਬਈ ਸਪੇਅਰ ਪਾਰਟ ਆ ਜਿਵੇਂ ਆਪਣਾ ਹਰੇਕ ਟਰੈਕਟਰ ਦਾ ਮਿਲ ਜਾਂਦਾ ਹਰੇਕ ਟਰੈਕਟਰ ਦਾ ਮਿਲ ਜਾਂਦਾ ਜੀ ਵਰਕਸ਼ਾਪ ਨਾਲ ਇਨਕਲੂਡ ਹੀ ਹੈ ਵਿੱਚ ਹੀ ਸਾਰਾ ਹਾਂ ਵਿੱਚ ਹੀ ਹੈ ਜੀ ਠੀਕ ਹੈ ਠੀਕ ਹੈ ਹਾਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਲੋੜ ਨਹੀਂ ਵੀ ਇੱਥੇ ਜੇ ਕੋਈ ਮੰਨ ਲਾ ਕੋਈ ਹੈਗਾ ਤਾਂ ਸਪੇਅਰ ਪਾਰਟ ਵੀ ਵਿੱਚ ਹੀ ਆ ਸਾਰਾ ਅਵੇਲੇਬਲ ਆਪਾਂ ਕਰਾਵਾਂਗੇ ਸਾਰਾ ਠੀਕ ਆ ਸਾਰੀਆਂ ਸਹੂਲਤਾਂ ਉਪਲਬਧ ਆ ਠੀਕ ਹੈ ਹਾਂ ਠੀਕ ਆ ਬਈ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਆ ਦੇਖੋ ਤੁਸੀਂ ਤੇ ਜਿਹੜੇ ਚੀਜ਼ ਦਾ ਆਪਾਂ ਮੰਨ ਲਾ ਕੋਈ ਰਿਕੁਆਇਰਮੈਂਟ ਰਹਿੰਦੀ ਆ ਉਹ ਮੌਕੇ ਤੇ ਵੀ ਅਵੇਲੇਬਲ ਹੋ ਜਾਂਦਾ ਸੋ ਧੰਨਵਾਦ ਠੀਕ ਆ ਬਈ ਫਿਰ ਉਧਰ ਤੁਹਾਨੂੰ ਦਿਖਾ ਦਈਏ ਬਾਈ ਵੀ ਇਹਦਾ ਪੱਟੀ ਬੈਠਾ ਸਾਰਾ ਇਹਨੂੰ ਤੇ
ਬਾਕੀ ਬਈ ਆਪਣਾ ਜਿਹੜਾ ਇਹ ਲੋਕੇਸ਼ਨ ਆ ਤਨੌਲੇ ਦੇ ਵਿੱਚ ਹੈ ਨਾ ਹੈ ਕਿੱਥੇ ਜੇ ਆ ਜਾਂਦੀ ਹੈ ਦੀਪਕ ਢਾਬਾ ਕਹਿੰਦੇ ਆਪਾਂ ਜੀ ਦੀਪਕ ਢਾਬਾ ਦੀਪਕ ਢਾਬੇ ਤੋਂ ਭਿੱਖੀ ਰੋਡ ਤੇ ਜੀ ਭਿੱਖੀ ਰੋਡ ਤੇ ਹਾਂ ਆ ਸਾਹਮਣੇ ਭਿੱਖੀ ਰੋਡ ਹਾਂ ਹਾਂ ਠੀਕ ਦੀਪਕ ਢਾਬੇ ਤੋਂ ਮੁੜ ਕੇ ਭਿੱਖੀ ਰੋਡ ਨੂੰ ਬਸ 500-700 ਮੀਟਰ ਮਤਲਬ ਜੀ ਆਪਾਂ ਕਹਿੰਦੇ ਹਾਂ 500-700 ਮੀਟਰ ਦੂਰ ਆ ਠੀਕ ਹੈ ਠੀਕ ਹੈ ਆਹ ਦੇ ਉੱਤੇ ਵੀ ਸੁਝੀ ਪਈ ਹੈ मास्टरी तो 9-11 का लगता है सुक्कियां ब्रेकां बई कामयाब रहिंदियां फिर मैं घट्टो घट्ट ਮੈਨੂੰ ਲੱਗਦਾ ਮੈਂ 2002 ਚ ਕਰੀਆਂ ਹੋਈਆਂ ਨੇ ਮੇਰੀਆਂ ਅੱਛਾ ਬਾਈ 2002 ਚ ਕਰੀਆਂ ਹੋਈਆਂ ਨੇ ਠੀਕ ਹੈ ਮੁੜ ਕੇ ਮਤਲਬ ਰਿਪੇਅਰ ਨਹੀਂ ਹੁੰਦਾ ਜੀ ਕੰਪੈਨ ਤੇ ਟਰੈਕਟਰ ਚੱਲਦੇ ਆਪਾਂ ਕਹਿੰਦੇ ਆ ਕੰਪੈਨ ਤੇ ਜਾ ਰਹੇ ਬ੍ਰੇਕਾਂ ਲੋਡ ਪੈਂਦੀ ਆ ਯਾਨੀ ਕਿ ਜਦੋਂ ਬ੍ਰੇਕਾਂ ਲਾਉਂਦੇ ਸੀ ਮਗਰੋਂ ਪੂਛ ਤੇ ਖੜੀ ਹੁੰਦੀ ਸੀ ਅੱਛਾ ਇੰਨੀਆਂ ਕਾਮਯਾਬ ਨੇ ਯਾਨੀ ਠੀਕ ਹੈ ਜਿਉਂ ਜਿਉਂ ਲਾਵਾਂਗੇ ਜਿਉਂ ਜਿਉਂ ਜ਼ਿਆਦਾ ਪਕੜ ਕਰਨਗੀਆਂ ਠੀਕ ਹੈ ਕਾਹਦੀ ਹਾਂ ਨਾ ਇਹਦੀ ਰਿਪੇਅਰ ਆ ਨਾ ਲੈ ਵਿੱਚ ਕਹਿ ਦਿੰਦੇ ਸੀ ਬਈ ਮੈਂ ਸੁੱਕੀਆਂ ਬ੍ਰੇਕਾਂ ਬੜੀਆਂ ਕਾਮਯਾਬ ਹੀ ਨਹੀਂ ਗਿਆ ਕੋਈ ਖੜਾ ਬਹੁਤ ਹੀ ਜ਼ਿਆਦਾ ਮੈਂ ਨੇਕੀ ਟਰੈਕਟਰਾਂ ਹੀ ਕਰਦਾ ਜਿਹੜੀ ਨਾ ਡਿਸਕ ਬ੍ਰੇਕਾਂ ਹੁੰਦੀਆਂ ਆਪਣੀਆਂ ਆਇਲ ਡਿਸਕ ਬ੍ਰੇਕਾਂ ਉਹ ਵੀ ਕਾਮਯਾਬ ਨੇ ਜੀ ਉਹਨਾਂ ਤੇ ਥੋੜਾ ਖਰਚਾ ਜ਼ਿਆਦਾ ਹੁੰਦਾ ਇਹਨਾਂ ਤੇ ਖਰਚਾ ਘੱਟ ਹੁੰਦਾ ਅੱਛਾ ਇਹਨਾਂ ਦੇ ਖਰਚਾ ਜ਼ਿਆਦਾ ਇੱਕ ਘੱਟ ਹੁੰਦਾ ਠੀਕ ਹੈ ਟਰੈਕਟਰ ਕਰਕੇ ਤੋਂ 9-11 ਪੰਜ ਜਲੰਧਰ ਦਾ ਹਾਂਜੀ ਉਹ ਵੀ ਗਾਹਾਂ ਸੰਗਰੂਰ ਕੋਈ ਰਿਸ਼ਤੇਦਾਰੀ ਚੋਂ ਬੁਲਾਇਆ ਸੀ ਬੰਦਿਆਂ ਨੇ ਠੀਕ ਹੈ ਸੰਗਰੂਰ ਵਾਲੇ ਬੰਦਿਆਂ ਨੇ ਰਿਸ਼ਤੇ ਚੋਂ ਬੁਲਾਇਆ ਸੀ ਉਹ ਕੰਮ ਕਰਾਉਂਦੇ ਸੀ ਠੀਕ ਹੈ ਉਹਨਾਂ ਨੇ ਕਰਵਾ ਕੇ ਲੈ ਗਏ ਨੇ ਜਲੰਧਰ ਤੇ ਠੀਕ ਹੈ ਹਾਂ ਇਹ ਖੰਨੇ ਤੋਂ ਸਪੈਸ਼ਲ ਬ੍ਰੇਕਾਂ ਕਰਾਉਣਾ ਤੇ ਲਿਫਟ ਕਰਾਉਣਾ ਇਹਦੀ ਲਿਫਟ ਨਹੀਂ ਸੱਟ ਆਈ ਕਿਸੇ ਤੋਂ ਜੀ ਲਿਫਟ ਆਈ ਨਹੀਂ ਉੱਥੇ ਕਿਤੇ ਜਿੱਥੇ ਬਹੁਤ ਹੀ ਦਿਖਾਇਆ ਉਹਨਾਂ ਨੇ ਇਹ ਲਿਫਟ ਨਹੀਂ ਲਿਫਟ ਕਰਨੀ ਇੱਕ ਇੱਕ ਸੁੱਕੀਆਂ ਬ੍ਰੇਕਾਂ ਤੇ ਬਸ ਮਾੜਾ ਮੋਟਾ ਬਾਕੀ ਹੋਰ ਤਾਂ ਮੈਂ ਇਹ ਸਪੈਸ਼ਲ ਕਰਾਉਣਾ ਹੈ ਤੇ ਗਰੰਟੀ ਦਿੰਨੇ ਵੀ ਮੈਂ ਕਰ ਦੂੰ ਮੈਂ ਕਿਹਾ ਜੀ ਜਿਹੜਾ ਕੰਮ ਕਰਤਾ ਐ ਮਾੜੀ ਜਿਹੀ ਐਂਚੇ ਵੀ ਥੱਲੇ ਸੱਟ ਗਿਆ ਨਵੇਂ ਵਾਂਗੂ ਕੰਮ ਕਰੂਗੀ ਜੀ ਠੀਕ ਆ ਹਾਂ ਨਵੇਂ ਵਾਂਗੂ ਗਰੰਟੀ ਆ ਹਾਂਜੀ ਹਾਂ ਲੈ ਵੀ ਬਾਈ ਸੁੱਖੀ ਮਿਸਤਰੀ ਕੋਲੇ ਕਹਿੰਦਾ ਮੈਂ ਬ੍ਰੇਕਾਂ ਆਹ ਦੂਜਾ ਲੈਫਟ ਨਹੀਂ ਗਏ ਤਾਂ ਲੋਟ ਹੋ ਜਾਂਦਾ ਮੈਂ ਕਰੂੰਗਾ ਖੰਨੇ ਤੋਂ ਆਇਆ ਟਰੈਕਟਰ ਹਾਂ ਖੰਨੇ ਤੋਂ ਆਇਆ ਸਪੈਸ਼ਲ ਚੱਲ ਕੇ ਆਹ ਟਰੈਕਟਰ ਤੇ ਇਹਦਾ ਇੰਜਨ ਵਗੈਰਾ ਵੀ ਕਰਨਾ ਬਾਈ ਇੰਜਨ ਠੀਕ ਆ ਓਕੇ ਜੀ ਪਹਿਲਾਂ ਹੀ ਹੋਇਆ 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 ਪਿਛਲੇ ਹਿੱਸੇ ਦਾ ਕੰਮ ਕਰਨਾ ਸਾਰਾ ਯਾਨੀ ਕਿ ਬ੍ਰੇਕਾਂ ਹਾਂ ਤੇ ਮਤਲਬ ਲਿਫਟ ਦੋ ਕੰਮ ਹੀ ਨੇ ਲਿਫਟ ਦਾ ਬਾਕੀ ਹਾਂ ਮਾੜਾ ਮੋਟਾ ਜਿਹੜਾ ਕੋਈ ਹੱਥ ਇਹ ਬਾਈ 9-11 ਚ ਮਤਲਬ ਕਹਿ ਦਿੰਦੇ ਉਂ ਤਾਂ ਠੀਕ ਚੱਲਦੀਆਂ ਜਿਹਨੇ ਵਾਲਾ ਹਨਾ ਉਂ ਜ਼ਿਆਦਾ ਬ੍ਰੇਕਾਂ ਤੇ ਬ੍ਰੇਕਾਂ ਦੀ ਸਮੱਸਿਆ ਲਿਫਟ ਤੇ ਬ੍ਰੇਕਾਂ ਦੀ ਸਮੱਸਿਆ ਆਉਂਦੀ ਹੈ ਇਹਦੇ ਚ ਤੇ ਉਹ ਬਸ ਜਿਵੇਂ ਆਪਾਂ ਕਹਿੰਦੇ ਵੀ ਸਾਰੀ ਖੋਲ ਕੇ ਦੁਬਾਰੇ ਬੰਨ ਦਿੱਤੀ ਜਿਵੇਂ ਆਪਾਂ ਕਹਿੰਦੇ ਆ ਵਿੱਚ ਅੰਤੜੀਆਂ ਵਾਲੀਆਂ ਹੁੰਦੀਆਂ ਨਾੜਾਂ ਜਿਵੇਂ ਆਪਾਂ ਕਹਿੰਦੇ ਆ ਨਿੱਕੀਆਂ ਨਿੱਕੀਆਂ ਬਰੀ ਹੈ ਹਰੇਕ ਮਿਸਤਰੀ ਕੱਢਦੇ ਆ ਉਹ ਜਾਨੀ ਕਿ ਸਾਰਾ ਕੁਝ ਜਦੋਂ ਆਪਾਂ ਖੋਲ ਕੇ ਦੁਬਾਰੇ ਫਿੱਟ ਕਰਾਂਗੇ ਤਾਂ ਉਹ ਚੱਲੂਗੀ ਚੱਲੂਗੀ ਜਦੋਂ ਸਹੀ ਫਿਟਿੰਗ ਹੋਊਗੀ ਸਾਰਾ ਸਹੀ ਸਮਾਨ ਪੈ ਗਿਆ ਤੇ ਉਹਨੇ ਚੱਕਣੀ ਚੱਕਣਾ ਬਾਜੀ ਸਾਰਾ ਜੇ ਸੁੱਕੀਆਂ ਬ੍ਰੇਕਾਂ ਦਾ ਮੋਟਾ ਮੋਟਾ ਖਰਚੇ ਦੀ ਗੱਲ ਕਰਦੇ ਆ ਬਈ ਸੁੱਕੀਆਂ ਬ੍ਰੇਕਾਂ ਤੇ ਜੀ ਬਿਨਾ ਡਰਮਾਂ ਤੋਂ ਜਿਵੇਂ ਹੁਣ ਇਹਦੇ ਡਰਮ ਪਾਉਣੇ ਪੈਗੇ ਜੀ ਆਪਾਂ ਠੀਕ ਹੈ ਬਈ ਨਵੇਂ ਪਾਏ ਡਰਮ ਨਵੇਂ ਪਾਉਂਗੇ ਜੀ ਠੀਕ ਹੈ ਠੀਕ ਹੈ ਤੇ ਮੰਨ ਕੇ ਤੁਹਾਨੂੰ ਤੁਸੀਂ 16,000 ਖਰਚਾ ਹੋਊਗਾ ਜੀ 16,000 ਬਹੁਤ ਮਨ ਵਾਲਾ ਡਿਸਕ ਆਇਲ ਜਿਹੜੇ ਬ੍ਰੇਕਾਂ ਆਪਣੇ ਕਰਦੇ ਆ ਉਹਦੇ ਨਾਲ ਤਾਂ ਮਨ ਅੱਧ ਤੋਂ ਵੀ ਘੱਟ ਆ ਕੁਝ ਵੀ ਖਰਚਾ ਨਹੀਂ ਦਿੱਤਾ ਜੀ ਬਾਕੀ ਕਾਮਯਾਬ ਨੇ ਇਹ ਕਾਮਯਾਬ ਨਹੀਂ ਹੈਗੀ ਜਮੀ ਵੀ ਜਮੀ ਹੈ ਨਹੀਂ ਹਾਂ ਫਿਰ ਜਿਹੜੇ ਆਹ ਲੱਗੇ ਹੁੰਦੇ ਬਈ ਇਹ ਫਿਰ ਲਾਤੇ ਜੀ ਇਹ ਲਾਏ ਜਾਂਦੇ ਆ ਸਾਰੇ ਇਹ ਲਾਤੇ ਸਾਰੇ ਜਿਵੇਂ ਆਮ ਆਪਣੇ ਨਾਰਮਲ ਰਹਿ ਜਾਂਦੀਆਂ ਬ੍ਰੇਕ ਹਾਂ ਜਿਹੜਾ ਇੱਥੇ ਮਤਲਬ ਆਪਣੇ ਲੱਗਿਆ ਹੋਇਆ ਪੈਡਲ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਸ਼ਾਰਟ ਪੈਂਦੀ ਕਰੂੰਗਾ ਜੀ ਠੀਕ ਆ ਸ਼ਾਰਟ ਪੈਂਦੀ ਕਰਕੇ ਦੋਨੇ ਪੈਡਲਾਂ ਇੱਧਰ ਆ ਜਾਣਗੇ ਉੱਧਰ ਜਿਵੇਂ ਫੋਰ ਦਾ ਮਤਲਬ ਫੋਰ ਦੀ ਬ੍ਰੇਕ ਸਾਫਟ ਹੋਗੀ ਬਿਲਕੁਲ ਤੇ ਬਾਕੀ ਫੋਰ ਦੀ ਹੋਗੀ ਡਿਸਕ ਹੋਗੀ ਮਤਲਬ ਖਿੱਚਣ ਵਾਲੀ ਤੇ ਉਹ ਫਿੱਟ ਹੋਊਗੀ ਉਹਦੇ ਵਿੱਚ ਨਾਰਮਲ ਸਿੰਪਲ ਦੇ ਹੈਲਡਿੰਗ ਆ ਕੰਮ ਜ਼ਿਆਦਾ ਜੀ ਨਾੜ-11 ਖੋਲੀ ਬੈਠਾ ਹੁਣ ਤੁਸੀਂ ਬਾਈ ਕਹਿੰਦਾ ਮੈਂ ਤਾਂ ਸਾਰੇ ਟਰੈਕਟਰ ਖੋਲ ਦੇਣਾ ਵੱਧ 9-11 ਆਉਂਦੇ ਬਾਈ ਕੋਲੇ ਤੇ ਤੁਸੀਂ ਦੱਸ ਦਿਓ ਬਈ ਮਾਇਸਤਰੀ ਕਿਹੜਾ ਫਿਰ ਹੈ ਇਹ ਤਾਂ ਕਹਿੰਦਾ ਮੇਰੇ ਕੋਲ ਜਿਹੜਾ ਮਰਜ਼ੀ ਲਿਆਓ ਕਹਿੰਦਾ ਨਵੀਂ ਤੋਂ ਨਵੀਂ ਟੈਕਨੋਲੋਜੀ ਵਾਲਾ ਟਰੈਕਟਰ ਮੈਂ ਸਾਰੇ ਖੋਲ ਦਿੰਦਾ ਸਾਰਿਆਂ ਦੀ ਠੀਕ ਹੈ ਬਈ ਠੀਕ ਕੋਈ ਵੀ ਟਰੈਕਟਰ ਆ ਜਾਂਦਾ ਜੌਂਡੀਅਰ ਹੋਇਆ ਨਿਊ ਹੋਲੈਂਡ ਹੋਇਆ ਯਾਨੀ ਕਿ ਕੋਈ ਵੀ ਕਿਸੇ ਕਿਸਮ ਦਾ ਵੀ ਮਕੈਨੀਕਲ ਦਾ ਜਿਹੜਾ ਵੀ ਕੰਮ ਕਰਾਉਣਾ A to Z ਉਹ ਤੁਸੀਂ ਕਰ ਦਿਓਗੇ ਗੇਅਰ ਦਾ ਲੈ ਕੇ ਜਿਹੜਾ ਵੀ ਕੋਈ ਜੋ ਵੀ ਹੈ ਜੀ ਸਵਾਦ ਲੈਣ ਵਾਲੇ ਹੁੰਦੇ ਆ ਵੀ ਬਾਈ ਆਹ ਰੇਟ ਦੱਸ ਦੀ ਇਹਦਾ ਕਿੰਨੇ ਕਿਤੇ ਕਰਕੇ ਦੇਗਾ ਤੁਸੀਂ ਕਿਰਪਾ ਕਰਕੇ ਬਾਈ ਯਾਰ ਕਾਲ ਨਾ ਕਰਿਓ ਤੇ ਬਾਕੀ ਜੇ ਦੇਖਣਾ ਕੰਮ ਤਾਂ ਬਾਈ ਧਨੌਲੇ ਆ ਜਾਓ ਇਹ ਭਿੱਖੀ ਰੋਡ ਵੱਜਦਾ ਧਨੌਲੇ ਦੇ ਵਿੱਚ ਦੀਪਕ ਢਾਬੇ ਕੋਲ ਤੇ ਸ਼ੇਅਰ ਕਰ ਦਿਓ ਵੀਰੋ ਤੇ ਮੇਨ ਆਪਾਂ ਵੀਡੀਓ ਬਣਾਈ ਸੀਗੀ ਜਿਹੜੀ ਆਪਾਂ ਝੋਟਾ ਗੇਅਰ ਕਹਿ ਦਿੰਦੇ ਹਾਂ ਸੁਪਰ ਸੀਡਰ ਵਾਲੇ ਸੀਜ਼ਨ ਚੱਲਣ ਵਾਲਾ
ਆਪਣਾ ਤੇ ਕਈ ਵੀਰਾਂ ਨੇ ਆਪਣਾ ਮਤਲਬ 2 ਸਪੀਡਾਂ ਟਰੈਕਟਰਾਂ ਵਾਲੇ ਹੁੰਦੇ ਆ ਤੇ 3 ਸਪੀਡ ਟਰੈਕਟਰ ਕਰਵਾਉਣਾ ਤਾਂ ਉਹਦੇ ਵੀ ਐਕਸਪਰਟ ਆ ਉਹ ਵੀ ਕਰ ਦੇਣਗੇ ਉਹ ਦੋ ਦਿਨਾਂ 'ਚ ਹੀ ਕਰ ਦਿਓਗੇ ਬਾਈ ਹਾਂਜੀ ਦੂਜੇ ਦਿਨ ਟਾਈਮ ਸੋਹਣਾ ਲਿਖਾ 52 ਦੋ ਦਿਨਾਂ 'ਚ ਅੱਛਾ ਜਿਹੜੇ ਹੋਰ ਟਰੈਕਟਰ ਉਹਨਾਂ ਨੂੰ ਵੱਧ ਟਾਈਮ ਲੱਗਦਾ ਮਤਲਬ ਇਹਦਾ ਕੋਈ ਫਰਕ ਹੁੰਦਾ ਇਹਦਾ ਫਰਕ ਠੀਕ ਆ ਸੋ ਧੰਨਵਾਦ ਬਾਈ ਜੀ ਤੁਹਾਡਾ